ਗੁੱਡ ਮਾਰਨਿੰਗ, ਕਿੱਦਾਂ ਬਾਬੇ ਹੋ? ਤੇ ਅੱਜ ਦਾ ਅੱਜ ਦੀ ਟੈਗ ਲਾਈਨ ਹੈ ਸਾਡੇ ਨਾਲ ਨੇ, ਆਪਾਂ ਅੱਜ ਜਾ ਰਹੇ ਹਾਂ ਯਾਰ ਘੁੰਮਣ, ਤੇ ਮੇਰੇ ਨਾਲ ਮੇਰਾ ਕਜ਼ਨ ਆ, ਤੇ ਹਾਈ ਕੈਨੇਡਾ, ਹਾਈ ਕੈਨੇਡਾ, ਹਾਈ ਕੈਨੇਡਾ। ਤੇ ਮੇਰੇ ਨਾਲ ਤੁਸੀਂ ਛੋਟਾ ਭੀਮ ਤੇ ਦੇਖਿਆ ਹੋਊਗਾ, ਅੱਜ ਮੇਰੇ ਨਾਲ ਖੋਤਾ ਭੀਮ ਹੈ। ਇੱਥੋਂ 3 ਘੰਟੇ ਦੀ ਡਰਾਈਵ ਆ ਟਫੀਨੋ, ਤੇ ਵਿਊ ਬਹੁਤ ਸੋਹਣਾ ਰਸਤੇ 'ਚ, ਤੇ ਲੈਟਸ ਗੋ। ਦੇਖੋ ਸਾਡਾ ਹੀਰੋ ਸਾਰੇ ਰਸਤੇ ਸੁੱਤਾ ਹੀ ਆਇਆ। ਲਾ ਲੈ ਹੁਣ ਉੱਠ ਜਾ ਲੱਲੂ, ਲੱਲੂ ਆਪਾਂ ਪੋਰਟਲ ਬਰਨੀ ਪਹੁੰਚ ਗਏ ਹਾਂ, ਤੇ 1 ਘੰਟੇ ਦੀ ਜਰਨੀ ਕਵਰ ਹੋਈ ਆ, ਤੇ ਟੋਟਲ ਆਪਣੀ ਜਰਨੀ ਆ 3 ਘੰਟੇ ਦੀ। ਤੇਰੀ ਕੰਪਨੀ ਦਾ ਕੀ ਨਾਮ ਹੈ? ਬਾਬਿਓ ਐਂਡ ਕੋ। ਬਾਬਿਓ ਐਂਡ ਕੋ, ਇੱਧਰ ਜਾਣਾ ਆਪਾਂ, ਇੱਧਰ ਜਾਣਾ, ਚਲੋ ਪਹੁੰਚੋ। ਬਾਬੇ ਹੁਣ ਆਪਾਂ ਰੈਸਟ ਏਰੀਏ 'ਤੇ ਰੁਕੇ ਹਾਂ, ਅਤੇ ਥੋੜ੍ਹਾ ਰੈਸਟ ਕਰਨਾ ਵੀ ਜ਼ਰੂਰੀ ਆ ਜਰਨੀ ਦੇ ਵਿੱਚ ਵਿੱਚ, ਅਤੇ ਇੱਥੇ ਵਿਊ ਬਹੁਤ ਘੈਂਟ ਆ। ਮੈਨੂੰ ਨਾ ਪਾਣੀ ਦੀ ਆਵਾਜ਼ ਆ ਰਹੀ ਹੈ ਕਿਤੇ, ਉਹ 'ਤੇ ਆਪਾਂ ਦੇਖਦੇ ਹਾਂ ਕੀ ਸਿਸਟਮ ਹੈ ਇੱਥੇ। ਡਨ, ਸਵਿਮਿੰਗ ਕਰਨੀ, ਚਲੋ ਠੰਡ ਬਹੁਤ ਹੈ, ਜੰਪ ਮਾਰਾ ਮੈਂ ਉੱਥੇ, ਚਲੋ। ਜੇ ਮੈਂ ਡੁੱਬ ਗਿੱਲਾ ਹੋ ਗਿਆ ਨਾ, ਤੇ ਮੈਂ ਜੇ ਮੈਂ ਗਿੱਲਾ ਹੋ ਗਿਆ ਕੰਮ ਖਰਾਬ ਹੋ ਜਾਣਾ। ਕਿੱਥੇ ਸੁੱਟੇਗਾ? ਇੱਥੇ ਸੁੱਟਦਾ ਮੈਂ। ਓਕੇ, ਤੁਹਾਨੂੰ 5 ਰੁਪਏ ਇੰਡੀਆ ਨਾਲ ਇਨਾਮ ਦਿੱਤਾ ਜਾਏਗਾ। ਗੁੱਚੀ ਬਾਬੇ, ਹੈਸ਼ਟੈਗ ਗੁੱਚੀ ਬਾਬੇ। ਅੱਜ ਮੈਂ ਨਹੀਂ ਉਹਨਾਂ ਬਾਬਿਓ ਕਿਹਾ ਜਿੰਨਾ ਅੱਜ ਪ੍ਰੇਰਿਤ ਨੇ ਕਹਿਤਾ। ਚਲੀਏ ਬਾਬਿਓ, ਚਲੀਏ ਹੁਣ। ਹਾਂਜੀ ਬਾਬਿਓ, ਹੈਸ਼ਟੈਗ ਗੁੱਚੀ ਬਾਬੇ, ਗੁੱਚੀ ਬਾਬੇ, ਠੀਕ ਹੈ ਜੀ। ਬਾਬਿਓ ਗੁੱਚੀ ਬਾਬਿਓ, ਚਲੋ ਚਲੀਏ ਬਾਬਿਓ, ਬਾਬਿਓ। ਮੈਂ ਚੈਨਲ ਕਾ ਟੈਕਨੀਸ਼ੀਅਨ, ਸਟੰਟਮੈਨ, ਹੈਲਪਰ, ਪਾਰਟ ਟਾਈਮ ਕੈਮਰਾਮੈਨ, ਸਾਰਾ ਕੁਝ ਹੂੰ। ਐਂਡ ਦਾ ਬਾਡੀਗਾਰਡ ਫॉर ਗੁੱਚੀ ਬਾਬੇ, ਐਂਡ ਕਾਈਂਡ ਆਫ ਸੀਈਓ, ਸੈਨੋ ਸੈਕ, ਨੋ ਅਸਿਸਟੈਂਟ ਸੀਈਓ। ਤੂੰ ਲੈਫਟਨੈਂਟ ਕਰਨ ਵਾਲਾ ਕੀ ਆ ਤੂੰ ਯਾਰ? ਅਸਿਸਟੈਂਟ ਸੀਈਓ। ਵਰਦਾਨ ਨੂੰ ਵੀ ਕੋਈ ਰੈਂਕ ਦੋ ਨਾ। ਮੈਂ ਭਾਈ, ਮੈਂ ਕੈਮਰਾਮੈਨ ਅਸਿਸਟੈਂਟ ਟੂ ਅਸਿਸਟੈਂਟ ਸੀ ਅਸਿਸਟੈਂਟ 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 ਸੀਈਓ ਸਾਹਿਬ, ਹੀ ਇਜ਼ ਮਾਈ ਸੈਕਟਰੀ। ਉਹ ਠੀਕ ਹੈ ਜੀ, ਉਹ ਹੀ ਅਸਿਸਟੈਂਟ ਹੋ ਗਿਆ ਨਾ। ਨਹੀਂ ਨਹੀਂ, ਇੱਕ ਗੱਲ ਹੈਗੀ, ਵਰਦਾਨ ਨੂੰ ਨਾ ਦੱਸਣ ਦੀ ਲੋੜ ਨਹੀਂ ਪੈਂਦੀ ਕਿੱਦਾਂ ਸ਼ਾਟ ਲੈਣਾ, ਵਰਦਾਨ ਨੂੰ ਆਉਂਦਾ ਸਾਰਾ। ਗੁੱਡ ਬੋਏ, ਗੁੱਡ ਬੋਏ, ਗੁੱਡ ਬੋਏ। ਹਾਂਜੀ, ਟਫੀਨੋ ਪਹੁੰਚ ਗਿਆ ਜੀ, ਪੇਟ ਪੂਜਾ ਕਰ ਲਈ ਜਾਏ, ਤੁਰਨ ਜੋਗੇ ਹੋ ਜਾਈਏ ਦ ਸਕੂਨਰ ਰੈਸਟੋਰੈਂਟ। ਬਾਬਿਓ ਸਾਡਾ ਬੰਦਾ ਇੱਕ ਥੋੜਾ ਠੀਕ ਨਹੀਂ ਆ, ਸਪਰਾਈਟ ਪੀਣੀ ਹੈ ਨਾ, ਡਕਾਰ ਮਾਰ ਰਿਹਾ, ਗਲਤ ਪਾਸ ਡਕਾਰ ਮਾਰ ਕੇ ਉਲਟੀ ਕਰਨੀ ਹੈ।
ਠੀਕ ਹੈ ਜੀ ਕਲੋਜ਼ਡ ਸਕੂਨਰ ਜੀ ਬੰਦ ਨੇ ਕੁੱਤੇ ਗਲਤ ਪਾਸੇ ਕੁੱਤੇ ਗਾਲਾਂ ਨਹੀਂ ਕੱਢਣੀਆਂ ਗੁੱਸਾ ਆ ਗਿਆ ਟਾਊਨ ਬਹੁਤ ਸੋਹਣਾ ਹੈ ਟਿਫੀਨੋ ਟਿਫੀਨੋ ਐਕਸਪਲੇਨ ਕਰਨਾ ਆਪਾਂ ਇੱਦਾਂ ਕਰਾਂਗੇ ਟਿਫੀਨੋ ਇਜ਼ ਬੀਚ ਬੀਚ ਇਜ਼ ਟਿਫੀਨੋ ਸਭ ਤੋਂ ਈਜ਼ੀ ਲੈਂਗੁਏਜ ਇਹੀ ਆ ਸਾਰਾ ਜਥਾ ਦੇਖੋ ਜੀ ਸਾਰਾ ਜਥਾ ਤੁਰਿਆ ਹੋਇਆ ਖਾਣੇ ਦੀ ਤਲਾਸ਼ ਦੇ ਵਿੱਚ ਹੋ ਗਈ ਇੱਥੇ we can do it yeah. not 19 yet par chal koi dekh de usse jehda vele kha pi liye turan joge ho jiye ke nahi ਐਨਰਜੀ ਭਰ ਰਿਹਾ ਪੂਰੀ ਖਾ ਪੀ ਰਹੇ ਨੇ ਵਧੀਆ ਵਧੀਆ ਲੋਕੇਸ਼ਨ ਲੱਭੀਏ ਅਤੇ ਵਲੌਗ 'ਤੇ ਦਿਖਾਈਏ ਸਰਫਿੰਗ ਕਰਨ ਲੱਗੇ ਹੋਏ ਮੈਨੂੰ ਸਮਝ ਨਹੀਂ ਆ ਰਹੀ ਇੰਨਾ ਫ੍ਰੀਜ਼ਿੰਗ ਪਾਣੀ ਹੈ ਨਾ ਮਾੜੇ ਜੇ ਪੈਰ ਪਾਓ ਯਾਰ ਬਾਬੇ ਪੈਰ ਇੰਨੇ ਠਰ ਰਹੇ ਆ ਨਾ ਲੋਕੀ ਓਏ ਗਏ ਲੋਕੀ ਸਰਫਿੰਗ ਕਰ ਰਹੇ ਮੈਨੂੰ ਸਮਝ ਨਹੀਂ ਆ ਰਹੀ ਮੇਰੇ ਤੇ ਪੈਰ 2 ਮਿੰਟ ਪਾਓ ਫ੍ਰੀਜ਼ ਹੋ ਜਾਂਦੇ ਆ ਗੋਰੇ ਵੀ ਕਮਾਲ ਨੇ ਐਂਡ ਆ ਆਪਾਂ ਉੱਥੇ ਚੱਲਦੀਏ ਚਲੋ ਆਪਾਂ ਉੱਥੇ ਚੱਲਦੇ ਆ ਨਜ਼ਾਰੇ ਚੱਕੇ ਪਏ ਨੇ ਫੱਟੇ ਪੂਰੇ ਆਪਾਂ ਜਿੱਥੇ ਬੈਠੇ ਹੋਏ ਹਾਂ ਦਰਖਤ ਦੇ ਉੱਤੇ ਦੈਟਸ ਇਟ ਛੋਟਾ ਜਿਹਾ ਟ੍ਰਿਪ ਸੀ ਆਪਣਾ ਅਤੇ ਹੁਣ ਵਾਪਸੀ ਘਰਾਂ ਨੂੰ ਉੱਤੋਂ ਪਹਿਲੇ ਮੈਨੂੰ ਪਤਾ ਨਹੀਂ ਕੀ ਕਰਾਂਗੇ ਕਿਸੇ ਦਾ ਹੀ ਘਰ ਜਾਵਾਂਗੇ ਅਤੇ ਤੁਹਾਨੂੰ ਦੱਸ ਦਿੰਦੇ ਹਾਂ ਕੀ ਪ੍ਰੋਗਰਾਮ ਹੈ ਪਰ ਮੈਨੂੰ ਹੀ ਨਹੀਂ ਪਤਾ ਹਲੇ ਦੇਖਦੇ ਹਾਂ ਕੀ ਪ੍ਰੋਗਰਾਮ ਹਾਂਜੀ ਬਾਬੇ ਉਹ ਘਰ ਆ ਗਿਆ ਅਤੇ ਉੱਥੇ ਵਲੌਗ ਨਹੀਂ ਕੀਤਾ ਬ੍ਰੇਕ ਆਪਣੀ ਵੇਖ ਕੇ ਥੋੜ੍ਹਾ ਫੈਮਿਲੀ ਨਾਲ ਟਾਈਮ ਸਪੈਂਡ ਕਰ ਲਈਏ ਅਤੇ ਹੁਣ ਆਪਾਂ ਆ ਗਿਆ ਘਰੇ ਅਤੇ ਥੈਂਕ ਯੂ ਫੋਰ ਵਾਚਿੰਗ ਆਪਾਂ ਅਗਲੇ ਵਲੌਗ 'ਚ ਮਿਲਦੇ ਹਾਂ ਅਤੇ ਹੈਸ਼ਟੈਗ ਸਬਸਕ੍ਰਾਈਬ ਟੂ ਗੁੱਚੀ ਬਾਬੇ ਦਿਸ ਇਜ਼ ਦ ਨਿਊ ਚੈਨਲਸ ਨੇਮ ਨਾਓ ਦਿਸ ਇਜ਼ ਆਰ ਚੈਨਲਸ ਨੇਮ ਨਾਓ ਹੈਸ਼ਟੈਗ ਥੈਂਕ ਯੂ ਫੋਰ ਵਾਚਿੰਗ ਆਪਾਂ ਅਗਲੇ ਵਲੌਗ 'ਚ ਮਿਲਦੇ ਹਾਂ ਜੀ ਗੁੱਚੀ ਬਾਬੇ ਯੋ